ਡਾਊਨਿੰਗ ਸਟ੍ਰੀਟ, ਤਾਰੀਖ 25 ਅਕਤੂਬਰ 2022। ਉਹ ਦਿਨ ਜਦੋਂ ਸਾਰੇ ਭਾਰਤ ਵਾਸੀ ਖੁਸ਼ ਸੀ ਕਿ ਆਖਿਰਕਾਰ ਇੱਕ ਭਾਰਤ ਵੰਸ਼ੀ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਦਾ ਹੈ, ਯਾਨੀ ਕਿ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਦੇ ਨੇ। ਔਰ ਆਪਣੀ ਪਤਨੀ ਦੇ ਨਾਲ ਜਦੋਂ 10 ਡਾਊਨਿੰਗ ਸਟ੍ਰੀਟ ਜਾਂਦੇ ਨੇ ਤਾਂ ਹਰ ਕੋਈ ਖੁਸ਼ ਹੋ ਜਾਂਦਾ ਹੈ। ਲੇਕਿਨ ਉਸ ਤੋਂ ਠੀਕ 620 ਦਿਨ ਬਾਅਦ ਉਸ ਹੀ 10 ਡਾਊਨਿੰਗ ਸਟ੍ਰੀਟ PM ਹਾਊਸ ਤੋਂ ਉਹ ਵਾਪਸ ਆਉਂਦੇ ਨੇ, ਸੱਤਾ ਤੋਂ ਬਾਹਰ ਹੋ ਜਾਂਦੇ ਨੇ। ਰਿਸ਼ੀ ਸੁਨਕ ਆਪਣੀ ਹਾਰ ਕਬੂਲ ਲੈਂਦੇ ਨੇ। ਕਹਿੰਦੇ ਨੇ ਕਿ ਉਹਨਾਂ ਦੀ ਹਾਰ ਦੀ ਕੁਛ ਮੇਨ ਵਜ੍ਹਾ ਵੀ ਨੇ। ਮੁੱਖ ਕਾਰਨ ਕੀ ਨੇ? ਸਭ ਤੋਂ ਵੱਡਾ ਕਾਰਨ ਹੈ ਉਹਨਾਂ ਦਾ ਲਗਜ਼ੂਰੀਅਸ ਲਾਈਫ ਸਟਾਈਲ। ਜੀ ਹਾਂ, ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿੰਦੇ ਹੋਏ ਜਿੱਥੇ ਇੱਕ ਪਾਸੇ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਨੇ, ਉੱਥੇ ਹੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਕਿ PM ਸਾਹਿਬ, ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਕਾਰਬਨ ਘੱਟ ਕਰਨਾ ਚਾਹੀਦਾ, ਪਰ ਤੁਸੀਂ ਇਕੱਲੇ ਬ੍ਰਿਟੇਨ ਦੇ ਅੰਦਰ ਹੀ ਕਿਤੇ ਜਾਣਾ ਹੋਵੇ ਤਾਂ ਪ੍ਰਾਈਵੇਟ ਜੈਟ ਦਾ ਇਸਤੇਮਾਲ ਕਰਦੇ। ਅਤੇ ਉਹਦਾ ਉਹ ਜਵਾਬ ਦਿੰਦੇ ਨੇ ਕਿ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ, ਤੁਸੀਂ ਪਲੀਜ਼ ਆਪਣੇ ਕੰਮ ਦੇ ਨਾਲ ਕੰਮ ਰੱਖੋ, ਅਸੀਂ ਹੱਲ ਲੱਭਣਾ ਹੈ। ਭਾਵ ਇਹ ਕਿ ਪ੍ਰਾਈਵੇਟ ਜੈਟ 'ਤੇ ਬ੍ਰਿਟੇਨ ਦੇ ਵਿੱਚ ਫੇਰੀਆਂ, ਵੱਡੇ ਵੱਡੇ ਬੰਗਲੇ, ਕਾਰਾਂ, ਔਰ ਇਸ ਦੇ ਨਾਲ ਨਾਲ ਦੂਸਰਾ ਕਾਰਨ ਉਹਨਾਂ ਦੀ ਪਤਨੀ, ਜਿਨ੍ਹਾਂ ਦੀ ਟੈਕਸ ਚੋਰੀ ਕਰਕੇ ਲੇਬਰ ਪਾਰਟੀ ਅਕਸਰ ਉਹਨਾਂ ਦੇ ਨਿਸ਼ਾਨੇ ਲਾਉਂਦੀ ਰਹੀ। 14 ਸਾਲਾਂ ਤੋਂ ਕੰਜ਼ਰਵੇਟਿਵ ਪਾਰਟੀ ਬ੍ਰਿਟੇਨ ਦੇ ਵਿੱਚ ਸੱਤਾ 'ਚ ਸੀ, ਲੇਕਿਨ ਆਖਿਰਕਾਰ ਕਿਵੇਂ ਹਾਰੀ? ਅਕਸ਼ਤਾ ਮੂਰਤੀ, ਜੋ ਕਿ ਇਨਫੋਸਿਸ ਦੇ ਫਾਊਂਡਰ ਨਾਰਾਇਣ ਮੂਰਤੀ ਦੀ ਬੇਟੀ ਹੈ, ਅਕਸ਼ਰਾ ਦੀ ਆਪਣੀ ਕੰਪਨੀ ਦੇ ਵਿੱਚ ਹਿੱਸੇਦਾਰੀ ਹੈ 0.91%, ਲੇਕਿਨ ਇਹ ਬਣਦਾ ਹੈ 4.5 ਹਜ਼ਾਰ ਕਰੋੜ। ਜੀ ਹਾਂ, 4.5 ਹਜ਼ਾਰ ਕਰੋੜ। ਔਰ ਇਹਦੇ ਬਾਵਜੂਦ ਅਕਸ਼ਤਾ ਨੇ ਆਪਣੀ ਇੰਡੀਆ ਦੀ ਨਾਗਰਿਕਤਾ ਨਹੀਂ ਛੱਡੀ ਹੈ। ਵਜ੍ਹਾ, ਟੈਕਸ ਬਚਾਉਣਾ। ਇਸੇ ਕਰਕੇ ਲੇਬਰ ਪਾਰਟੀ ਲਗਾਤਾਰ ਉਹਨਾਂ ਉੱਪਰ ਨਿਸ਼ਾਨੇ ਲਾਉਂਦੀ ਰਹੀ। ਇੱਕ ਹੋਰ ਮੁੱਖ ਵਜ੍ਹਾ ਇਹ ਕਿ ਪਾਰਟੀ ਦੇ ਅੰਦਰਲਾ ਕਲੇਸ਼, ਜਿਹਦੇ ਕਰਕੇ ਰਿਸ਼ੀ ਸੁਨਕ ਸੱਤਾ ਦੇ ਵਿੱਚ ਆਏ ਸਨ। 14 ਸਾਲਾਂ ਤੋਂ ਕੰਜ਼ਰਵੇਟਿਵ ਪਾਰਟੀ ਜੋ ਬ੍ਰਿਟੇਨ ਦੇ ਉੱਪਰ ਰਾਜ ਕਰ ਰਹੀ ਸੀ, ਇਸ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨ ਵਾਲਾ ਇਸ ਪਾਰਟੀ ਦਾ ਅੰਦਰੂਨੀ ਕਲੇਸ਼ ਸੀ। ਰਿਸ਼ੀ ਸੁਨਕ ਦੇ ਹਾਰ ਮੰਨਣ ਤੋਂ ਪਹਿਲਾਂ ਹੀ ਇਸ ਪਾਰਟੀ ਦੇ ਕਈ ਮੰਤਰੀ ਤੇ ਤਕਰੀਬਨ 78 MP ਅਸਤੀਫਾ ਦੇ ਚੁੱਕੇ ਸਨ, ਇਹ ਗੱਲ ਕਹਿ ਕੇ ਕਿ ਉਹ ਦੁਬਾਰਾ ਚੋਣਾਂ ਨਹੀਂ ਲੜਨਗੇ। ਆਖਿਰਕਾਰ ਇਹੋ ਜਿਹੇ ਕੁਝ ਵਜ੍ਹਾ ਕਰਕੇ ਹੀ ਰਿਸ਼ੀ ਸੁਨਕ ਨੂੰ ਸੱਤਾ ਤੋਂ ਹੱਥ ਧੋਣਾ ਪਿਆ। ਇਹ ਸੀ ਰੇਡੀਓ ਸਪਾਈਸ ਦੀ ਖਾਸ ਰਿਪੋਰਟ।